ਸਵਾਗਤ ਹੈ ਤੁਹਾਡਾ ਸਾਰਿਆਂ ਦਾ ਐਜੂਕੇਸ਼ਨ ਵਰਲਡ ਦੇ ਅਫੀਸ਼ੀਅਲ YouTube ਚੈਨਲ ਐਜੂਕੇਸ਼ਨ ਵਰਲਡ EW ਤੇ। ਸਭ ਤੋਂ ਪਹਿਲੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਨੀਚੇ ਦਿੱਤੇ ਗਏ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੀਆਂ ਨੋਟੀਫਿਕੇਸ਼ਨਸ ਦਾ ਟਾਈਮ ਸਿਰ ਪਤਾ ਲੱਗਦਾ ਰਹੇ। ਅੱਜ ਅਸੀਂ ਲੈ ਕੇ ਆਇਆ ਨੋਟੀਫਿਕੇਸ਼ਨ ETT ਕਾਡਰ ਦੇ 5994 ਪੋਸਟਾਂ ਬਾਰੇ। ਠੀਕ ਹੈ, ਜਿਹੜੀ 5994 ਪੋਸਟ ਆ ETT ਦੀਆਂ ਸੀਗੀਆਂ ਉਹਦਾ ਜਿਹੜਾ ਆ ਐਡਮਿਟ ਕਾਰਡ ਜਿਹੜਾ ਉਹ ਆ ਚੁੱਕਿਆ ਹੈ। ਐਗਜ਼ਾਮ ਜਿਹੜਾ ਆ ਉਹ 5 मार्च 2023 ਨੂੰ ਐਗਜ਼ਾਮ ਆ, ਮਤਲਬ 2 ਦਿਨਾਂ ਬਾਅਦ ਐਗਜ਼ਾਮ ਆ। ਉਹਦਾ ਜਿਹੜਾ ਐਡਮਿਟ ਕਾਰਡ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਆ। ਉਹਦਾ ਜਿਹੜਾ ਲਿੰਕ ਆ ਤੁਹਾਨੂੰ ਸਾਡੇ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਵਗੈਰਾ ਭਰ ਕੇ ਸਾਰਾ ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਿਓ ਤੇ ਡਾਊਨਲੋਡ ਕਰਕੇ ਨਾਲ ਨਾਲ ਉਹਦੇ ਜਿਹੜਾ ਆ ਆਪਣਾ ਆਧਾਰ ਕਾਰਡ, ਓਰਿਜਿਨਲ ਆਧਾਰ ਕਾਰਡ ਤੇ ਫੋਟੋਜ਼ ਜਿਹੜੀਆਂ ਉਹ ਨਾਲ ਲੈ ਕੇ ਜਾਣੀਆਂ ਨੇ ਤੇ ਆਪਣਾ ਜਿਹੜਾ ਟਾਈਮ ਸਿਰ ਜਿਹੜਾ ਆ ਆਪਣੇ ਸੈਂਟਰ ਤੇ ਜੋ ਵੀ ਤੁਹਾਨੂੰ ਐਡਮਿਟ ਕਾਰਡ ਤੇ ਸੈਂਟਰ ਦਿੱਤਾ ਗਿਆ ਹੈਗਾ ਉਹਦੇ ਤੇ ਟਾਈਮ ਜਿਹੜਾ ਆ ਪੁੱਜ ਜਾਣਾ ਆ ਤਾਂ ਜੋ ਤੁਹਾਡਾ ਪੇਪਰ ਜਿਹੜਾ ਦਿੱਤਾ ਜਾਏ। ਧੰਨਵਾਦ।